23 ਘੰਟੇ ਪਹਿਲਾਂ। ਉਹ ਕੱਲ੍ਹ ਤਾਂ ਮਦਰ ਡੇ ਸੀਗਾ, ਮੈਨੂੰ ਯਾਦ ਹੀ ਨਹੀਂ। ਚੱਲ ਯਾਰ ਅੱਜ ਫੋਟੋ ਖਿੱਚ ਕੇ ਪਾ ਦਿੰਦਾ, ਕਰ ਦਈਏ ਫੋਰਮੈਲਿਟੀ ਜੀ। ਵੀ ਲੋਕਾਂ ਨੇ ਤਾਂ ਟਾਂਚਾ ਮਾਰਨੀਆਂ ਵੀ ਕਿਤੇ ਪਿਆਰ ਨਹੀਂ ਕਰਦਾ। ਮੰਮਾ ਇੱਕ ਮਿੰਟ ਆਇਓ ਬਾਹਰ। ਕੀ ਹੋਇਆ? ਮੰਮਾ ਫੋਟੋ ਖਿੱਚਣੀ ਹੈ ਇੱਕ। ਫੋਟੋ ਖਿੱਚਣੀ ਹੈ? ਕੀ? ਆਹੋ ਕੱਲ ਮਦਰ ਡੇ ਸੀਗਾ, ਮੈਨੂੰ ਯਾਦ ਹੀ ਨਹੀਂ ਸੀ। ਪੁੱਤ ਮੈਂ ਕੰਮ ਕਰ ਲਾਂ ਥੋੜਾ ਜਿਹਾ। ਬਾਅਦ ਚ ਕਰ ਲਿਓ ਮੰਮਾ ਕੰਮ, ਇੱਕ ਮਿੰਟ ਫੋਟੋ ਖਿੱਚ ਲਓ ਬਾਹਰ। ਪੁੱਤ ਪਾਪਾ ਨੂੰ ਵੀ ਰੋਟੀ ਦੇਣੀ ਹੈ। ਕੋਈ ਨਹੀਂ, ਦੇ ਦਿਓ ਪਾਪਾ ਨੂੰ ਰੋਟੀ, ਇੱਕ ਮਿੰਟ ਫੋਟੋ ਖਿੱਚਣੀ ਹੈ। ਨਾਲੇ ਹੱਥ ਤੇ ਕੀ ਹੋਇਆ ਵਾ? ਪੁੱਤ ਤੇਲ ਪੈ ਗਿਆ ਸੀ, ਇਹ ਤਾਂ ਕਿੰਨੇ ਦਿਨ ਹੋ ਗਏ, ਤੂੰ ਦੇਖਿਆ ਨਹੀਂ? ਮੈਂ ਤੈਨੂੰ ਉਦੋਂ ਦੱਸਦੀ ਵੀ ਸੀ, ਤੂੰ ਧਿਆਨ ਨਹੀਂ ਦਿੱਤਾ। ਮੈਂ ਸਾਰਾ ਤੇਲ ਪੈ ਗਿਆ, ਸਗੋਂ ਸੜ ਗਿਆ। ਦੇਖ ਧਿਆਨ ਨਾਲ ਕੰਮ ਕਰ ਲਿਆ ਕਰੋ। ਪੁੱਤ ਧਿਆਨ ਨਹੀਂ ਰੱਖਦੀ ਹੁੰਨੀ ਆ, ਬਸ ਪਤਾ ਹੀ ਨਹੀਂ ਲੱਗਿਆ ਹੁਣ ਇਹਨੂੰ ਟੱਕਣਾ ਕਿੱਦਾਂ ਆ। ਪੁੱਤ ਜੇ ਮੈਂ ਉੱਤੇ ਬਾਹ ਕਰ ਲਈ ਨਾ, ਇਹ ਸਾਰੇ ਛਿੱਲੇ ਜਾਣੇ ਆ। ਮੈਂ ਇੱਕ ਫਾਰਮੈਲਿਟੀ ਕਰਨੀ ਆ ਬਸ, ਮੈਂ ਫੋਟੋ ਦੀ। ਪੁੱਤ ਮੈਂ ਉੱਤੇ ਬਾਹ ਕਰ ਦਿੰਨੀ ਆ, ਪਰ ਫੋਟੋ ਖਿੱਚਣੀ ਕਾਹਦੇ ਵਾਸਤੇ ਆ? ਮਦਰ ਡੇ ਆ, ਲੋਕਾਂ ਨੇ ਕਹਿਣਾ ਆਪਣੀ ਮਾਂ ਨੂੰ ਪਿਆਰ ਨਹੀਂ ਕਰਦਾ। ਪੁੱਤ ਮਦਰ ਡੇ ਉਹ ਕੀ ਹੁੰਦਾ? ਕੋਈ ਨਹੀਂ ਬਾਹਰ ਦੇਖ ਲਿਓ, ਇੱਕ ਫੋਟੋ ਖਿੱਚਣੀ ਆ ਹੁਣ। ਫੋਟੋ ਖਿੱਚਣੀ? ਮੈਨੂੰ ਦੱਸ ਤਾਂ ਸਹੀ, ਮਦਰ ਡੇ ਹੁੰਦਾ ਕੀ ਆ ਪੁੱਤ? ਇਹ ਮਾਵਾਂ ਦਾ ਦਿਨ ਹੁੰਦਾ ਬਸ, ਇੱਕ ਫੋਟੋ ਪਾਉਣੀ ਹੁੰਦੀ ਆ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਹਾਂ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ। ਪੁੱਤ ਮਾਵਾਂ ਦਾ ਦਿਨ ਇੱਕੋ ਹੀ ਹੁੰਦਾ ਬਸ, ਮਾਵਾਂ ਦਾ ਦਿਨ। ਸਾਨੂੰ ਤਾਂ ਲੱਗਦਾ ਸੀ ਕਿ ਮਾਵਾਂ ਤੋਂ ਬਿਨਾਂ ਤਾਂ ਕੋਈ ਦਿਨ ਹੀ ਨਹੀਂ ਹੁੰਦਾ। ਸਾਡੀ ਤਾਂ ਸਵੇਰ ਵੀ ਮਾਂ ਦੀ ਆਵਾਜ਼ ਨਾਲ ਚੜ੍ਹਦੀ ਸੀ, ਸਾਡੀ ਸ਼ਾਮ ਵੀ ਮਾਂ ਦੀ ਆਵਾਜ਼ ਨਾਲ ਹੀ ਹੁੰਦੀ ਸੀ। ਤੇ ਜੇ ਅੱਜ ਆਹ ਵਾਲਾ ਮਦਰ ਡੇ ਹੁੰਦਾ ਨਾ, ਵੀ ਤੂੰ ਘੜੀ ਮੇਰੇ ਕੋਲ ਖੜਿਆ ਵਾ, ਤੇ ਮਦਰ ਡੇ ਰੋਜ਼ ਆਉਣਾ ਚਾਹੀਦਾ ਪੁੱਤ। ਇਸੇ ਲਈ ਮੈਂ ਤੁਹਾਡੇ ਕੋਲ ਰੋਜ਼ ਨਹੀਂ ਖੜਦਾ। ਆ ਜਿਹੜੇ ਲੈਕਚਰ ਨੇ ਨਾ, ਮਿੰਟ ਮਿੰਟ ਤੇ ਜਿਹੜੇ ਤੁਸੀਂ ਤਾਨੇ ਮਾਰਦੇ ਹੋ ਮੈਨੂੰ, ਤਾਂ ਕਰਕੇ ਨਹੀਂ ਮੈਂ ਤੁਹਾਡੇ ਕੋਲ ਖੜਦਾ ਰੋਜ਼। ਪੁੱਤ ਇਹ ਉਹਨਾਂ ਬੱਚਿਆਂ ਨੂੰ ਪੁੱਛ ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਨਹੀਂ ਹੁੰਦੀਆਂ, ਕਿ ਉਹਨਾਂ ਲਈ ਮਦਰ ਡੇ ਕਦੀ ਨਹੀਂ ਆਉਂਦਾ। ਫਿਰ ਆਪਣੇ ਪਾਪਾ ਨੂੰ ਪੁੱਛ ਮਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਵਾ। ਕਈ ਕਈ ਵਾਰ ਨਾ ਤੇਰੇ ਪਾਪਾ ਰੋਟੀ ਖਾਂਦੇ ਖਾਂਦੇ ਵੀ ਛੱਡ ਦਿੰਦੇ ਆ, ਜਦੋਂ ਉਹਨਾਂ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਆ। ਮਾਵਾਂ ਦੀ ਕਦਰ ਨਾ ਉਦੋਂ ਹੀ ਪੈਂਦੀ ਜਦੋਂ ਮਾਵਾਂ ਨਾ ਜਹਾਨ ਤੋਂ ਤੁਰ ਜਾਂਦੀਆਂ, ਨਾਲੇ ਮਾਵਾਂ ਦੀ ਕਦਰ ਨਾ ਉਦੋਂ ਹੀ ਪੈਂਦੀ ਆ ਜਦੋਂ ਸਿਰ 'ਤੇ ਮਾਂ ਨਹੀਂ ਨਾ ਰਹੂਗੀ ਤੇਰੇ, ਤੈਨੂੰ ਵੀ ਉਦੋਂ ਹੀ ਪਤਾ ਲੱਗਣਾ। ਮੈਂ ਇੱਦਾਂ ਕਿਉਂ ਬੋਲਦੇ ਹੋ? ਚੱਲ ਕੋਈ ਨਾ ਪੁੱਤ, ਫੋਟੋ ਖਿੱਚ ਲੈ ਜਿਹੜੀ ਖਿੱਚਣੀ ਆ। ਨਹੀਂ ਰਹਿਣ ਦਿਓ, ਮੈਂ ਹੀ ਨਹੀਂ ਖਿੱਚਣੀ ਫੋਟੋ। ਇਸ ਦੁਨੀਆ ਵਿੱਚ ਜਿੰਨੇ ਰਿਸ਼ਤੇ ਸਭ ਝੂਠੇ ਤੇ ਬਹਿਰੂਪ, ਮਾਂ ਦਾ ਰਿਸ਼ਤਾ ਸਭ ਤੋਂ ਸੱਚਾ, ਮਾਂ ਰੱਬ ਦਾ ਰੂਪ, ਮਾਂ ਹੈ ਰੱਬ ਦਾ ਰੂਪ, ਮਾਂ